ਸਤਿ ਸ਼੍ਰੀ ਅਕਾਲ ਜੀ, ਮੈਂ ਅਵਰਿੰਦਰ ਕੌਰ ਸਵਾਗਤ ਕਰ ਰਹੀ ਹਾਂ ਤੁਹਾਡਾ ਸਾਰਿਆਂ ਦਾ ਸ਼ੋਅ ਹੈਲਥ ਪਲੱਸ ਡਾਕਟਰ ਜੰਮੂ ਦੇ ਨਾਲ। ਅਤੇ ਅੱਜ ਸਾਡੇ ਨਾਲ ਡਾਕਟਰ ਜੰਮੂ ਖਾਸ ਤੌਰ 'ਤੇ ਪਹੁੰਚੇ ਹੋਏ ਨੇ ਇਸ ਬਾਰੇ ਗੱਲਬਾਤ ਕਰਨ ਲਈ ਕਿ ਐਕਚੁਅਲੀ ਸਾਡੀ ਡੇਲੀ ਰੂਟੀਨ ਦੀ ਜਿਹੜੀ ਲਾਈਫ ਹੈ ਉਹਦੇ ਵਿੱਚ ਜਿੰਨੇ ਲਾਈਫ ਸਰਕਲ ਦੇ ਵਿੱਚ ਚੇਂਜਿਸ ਆਉਂਦੇ ਨੇ ਉਨੇ ਜ਼ਿਆਦਾ ਚੇਂਜਿਸ ਜਿਹੜੇ ਨੇ ਉਹ ਸਾਡੀ ਲਾਈਫ ਦੇ ਵਿੱਚ ਆ ਰਹੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਜੰਮੂ ਹੋਸਪਿਟਲ ਇੱਕ ਇਸ ਤਰ੍ਹਾਂ ਦਾ ਹੋਸਪਿਟਲ ਜਿਹੜਾ ਕਿ ਅਕਸਰ ਹੀ ਸੁਣਨ ਨੂੰ ਮਿਲ ਜਾਂਦਾ ਹੈ ਜਦੋਂ ਵੀ ਅਸੀਂ ਕਦੇ ਕਿਤੇ ਵੀ ਜਾਂਦੇ ਹਾਂ, ਖਾਸ ਤੌਰ 'ਤੇ ਜਦੋਂ ਵੇਟ ਗੇਨ ਦੀ ਗੱਲ ਹੁੰਦੀ ਹੈ, ਵੇਟ ਲੋਸ ਦੀ ਗੱਲ ਹੁੰਦੀ ਹੈ, ਕੀ ਰੀਜ਼ਨ ਹੈ ਕਿ ਇਹ ਹੋਸਪਿਟਲ ਇੰਨਾ ਮਕਬੂਲ ਹੈ? ਅਵਨਿੰਦਰ ਜੀ, ਥੈਂਕ ਯੂ, ਤੁਸੀਂ ਸਾਡੇ ਹੋਸਪਿਟਲ ਦੀ ਤਾਰੀਫ ਕੀਤੀ। ਬੇਸਿਕਲੀ ਮੈਂ ਬਤੌਰ ਸਰਜਨ ਪਿਛਲੇ ਅਪਰੋਕਸੀਮੇਟਲੀ 20-22 ਸਾਲ ਤੋਂ ਜਲੰਧਰ ਵਿੱਚ ਪ੍ਰੈਕਟਿਸ ਕਰ ਰਿਹਾ, ਜਿੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਦੂਰਬੀਨੀ ਓਪਰੇਸ਼ਨ ਕਰਦੇ ਸੀ, ਸਾਰੇ ਐਡਵਾਂਸ ਦੂਰਬੀਨੀ ਓਪਰੇਸ਼ਨ ਜਿਵੇਂ ਪੱਥਰੀਆਂ, ਰਸੋਲੀਆਂ, ਟਿਊਮਰ, ਹਰਨੀਆਂ, ਕੈਂਸਰ, ਫੂਡ ਪਾਈਪ ਦੇ ਅਸੀਂ ਓਪਰੇਸ਼ਨ ਕਰਦੇ ਸੀ। ਪਰ ਪਿਛਲੇ 12-13 ਸਾਲ ਤੋਂ ਮੇਰਾ ਜ਼ਿਆਦਾ ਜਿਹੜਾ ਰੁਝਾਅ ਹੈਗਾ ਉਹ ਓਵਰਵੇਟ ਪੇਸ਼ੈਂਟਸ ਜਿਹੜੇ ਹੈਗੇ, ਓਬੈਸਟੀ ਵਾਲੇ ਪੇਸ਼ੈਂਟਸ ਜਿਹੜੇ ਹੈਗੇ ਉਹਦਾ ਹੋ ਗਿਆ। ਅਤੇ ਪਿਛਲੇ 12-13 ਸਾਲ ਤੋਂ ਅਸੀਂ ਕਹਿ ਲਓ ਵੀ ਇਸ ਏਰੀਏ 'ਚ ਪਹਿਲਾ ਸੈਂਟਰ ਸੀ ਜਿੱਥੇ ਅਸੀਂ ਵੇਟ ਲੋਸ ਸਰਜਰੀਆਂ ਸਟਾਰਟ ਕੀਤੀਆਂ, ਅਤੇ ਹਰ ਤਰ੍ਹਾਂ ਦੀ ਵੇਟ ਲੋਸ ਸਰਜਰੀ ਅਸੀਂ ਆਪਣੇ ਹੋਸਪਿਟਲ 'ਚ ਕਰਦੇ ਹਾਂ। ਅਤੇ ਗਲੋਬਲੀ ਜਿਹੜੇ ਸਾਡੇ ਪੇਸ਼ੈਂਟ ਬੇਸ ਹੈਗਾ ਹਰ ਕੰਟੀਨੈਂਟ ਤੋਂ, ਯੂਰਪ, ਅਮੈਰੀਕਾ, ਅਫਰੀਕਾ, ਆਸਟ੍ਰੇਲੀਆ ਤੋਂ ਸਾਡੇ ਕੋਲ ਪੇਸ਼ੈਂਟਸ ਐਵਰੀ ਡੇ ਆਉਂਦੇ ਆ ਸਰਜਰੀ ਦੀ ਹੈਲਪ ਲੈਣ। ਬੇਸਿਕਲੀ ਮੇਰਾ ਆਪਣਾ ਪੈਸ਼ਨ ਹੈ ਵੀ ਕੋਈ ਉਹ ਚੀਜ਼ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾਏ ਜਿਨ੍ਹਾਂ ਲਈ ਲੋਕ ਪਹਿਲੇ ਜਲੰਧਰ ਤੋਂ ਜਾਂ ਦੇਸ਼ ਤੋਂ ਬਾਹਰ ਜਾ ਕੇ ਸਰਜਰੀ ਕਰਦੇ ਸੀ ਜਾਂ ਉਹ ਫੈਸਿਲਿਟੀਜ਼ ਮੰਗਦੇ ਸੀ। ਅਸੀਂ ਜਲੰਧਰ ਆਪਣੇ ਹੋਸਪਿਟਲ 'ਚ ਉਹ ਸਾਰੀਆਂ ਵਰਲਡ ਕਲਾਸ ਫੈਸਿਲਿਟੀਜ਼ ਅੰਡਰ ਵਨ ਰੂਫ ਆਪਣੇ ਹੋਸਪਿਟਲ 'ਚ ਪ੍ਰੋਵਾਈਡ ਕਰਦੇ। ਡਾਕਟਰ ਸਾਹਿਬ, ਤੁਸੀਂ ਸਰਜਰੀਜ਼ ਦੀ ਗੱਲ ਕੀਤੀ, ਵੇਟ ਲੋਸ ਸਰਜਰੀਜ਼ ਦੀ ਗੱਲ ਕੀਤੀ, ਕਿੰਨੇ ਤਰ੍ਹਾਂ ਦੀਆਂ ਵੇਟ ਲੋਸ ਸਰਜਰੀਜ਼ ਨੇ ਜਿਹੜੀਆਂ ਟ੍ਰੀਟ ਕੀਤੀਆਂ ਜਾਂਦੀਆਂ ਨੇ ਜੰਮੂ ਹੋਸਪਿਟਲ ਦੇ ਵਿੱਚ? ਅਵਨਿੰਦਰ ਜੀ, ਅਸੀਂ ਹਰ ਏਜ ਗਰੁੱਪ ਵਾਸਤੇ ਲੋਕਾਂ ਦੀ ਇੰਡੀਕੇਸ਼ਨ ਹੁੰਦੀ ਹੈ ਵੀ ਇਕੱਲੇ ਓਵਰਵੇਟ ਲਈ ਓਪਰੇਸ਼ਨ ਆ ਰਹੇ ਆ, ਇਕੱਲੇ ਕਿ ਨਾਲ ਸ਼ੂਗਰ ਵਰਗੀਆਂ ਪ੍ਰੋਬਲਮ ਦੀ ਓਪਰੇਸ਼ਨ ਹੁੰਦੇ ਆ। ਸੋ ਡਿਫਰੈਂਟ ਕਾਇੰਡਸ ਆਫ ਓਪਰੇਸ਼ਨ ਦੇ ਡਿਫਰੈਂਟ ਇੰਡੀਕੇਸ਼ਨਸ ਹੈ। ਸੋ ਡਿਪੈਂਡ ਕਰਦਾ ਪੇਸ਼ੈਂਟ ਦੀ ਉਮਰ ਕੀ ਹੈ, ਉਹਨਾਂ ਪ੍ਰੋਬਲਮਸ ਕੀ ਹੈ। ਜਿਵੇਂ ਬੱਚਿਆਂ ਵਿੱਚ ਅਕਸਰ ਅਸੀਂ ਜਿਹੜੇ ਰੈਸਟ੍ਰਿਕਟਿਵ ਓਪਰੇਸ਼ਨ ਕਰਦੇ ਜਿਹਨੂੰ ਸਲੀਵ ਓਪਰੇਸ਼ਨ ਕਿਹਾ ਜਾਂਦਾ, ਜਿਸ 'ਚ ਮੈਲ ਅਬਜ਼ੋਰਪਸ਼ਨ ਕ੍ਰੀਏਟ ਨਹੀਂ ਕਰਦੇ, ਕੋਈ ਬਾਈਪਾਸ ਨਹੀਂ ਕਰਦੇ। ਅਤੇ ਮੋਸਟਲੀ ਅਸੀਂ ਆਪਣੇ ਹੋਸਪਿਟਲ ਜਿਹੜੇ ਹੈਗੇ ਮਿਡਲ ਏਜ ਜਾਂ ਈਵਨ ਜਿਹੜੇ ਆਪਣੇ 18 ਸਾਲ ਤੋਂ ਉੱਪਰ ਹੋ ਗਏ ਜਾਂ 17-18 ਸਾਲ ਤੋਂ ਉੱਪਰ ਹੋ ਗਏ, ਉਹਨਾਂ ਜ਼ਿਆਦਾ ਅਸੀਂ ਜਿਹੜੇ ਹੈਗੇ ਆ ਉਹ ਓਪਰੇਸ਼ਨ ਬਾਈਪਾਸ ਓਪਰੇਸ਼ਨ ਕਰਦੇ, ਪਾਰਟੀਕੁਲਰਲੀ ਮਿੰਨੀ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਕਰਦੇ ਹਾਂ। ਇਸ ਤੋਂ ਇਲਾਵਾ ਰੂਗਨਵਾਈ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਵੀ ਹੈਗੇ ਆ, ਗੈਸਟ੍ਰਿਕ ਬੈਲੂਨ ਵੀ ਓਪਰੇਸ਼ਨ ਹੈ। ਸੋ ਹਰ ਇੱਕ ਪੇਸ਼ੈਂਟ ਦੀ ਡਿਫਰੈਂਟ ਇੰਡੀਕੇਸ਼ਨ ਹੈ, ਜਿਹੜਾ ਕੋਈ ਸਾਡੇ ਕੋਲ ਪੇਸ਼ੈਂਟ ਓਪੀਡੀ 'ਚ ਆਉਂਦਾ ਹੈ ਉਹਦੀ ਪੂਰੀ ਡਿਟੇਲ ਹਿਸਟਰੀ ਲੈਂਦਾ ਮੈਂ, ਮੇਰੇ ਡਾਇਟੀਸ਼ੀਅਨ, ਸਾਡੇ ਮੈਡੀਕਲ ਆਫੀਸਰਸ ਉਹਦੇ ਨੇਚਰ ਜਾਣਦੇ ਵੀ ਓਵਰਵੇਟ ਕਿਉਂ ਹੈ। ਅਤੇ ਫਿਰ ਅਸੀਂ ਉਹਨੂੰ ਪ੍ਰਪੋਜ਼ ਕਰਦੇ ਹਾਂ ਵੀ ਤੁਹਾਡਾ ਵਾਲਾ ਵਾਲਾ ਪ੍ਰੋਸੀਜਰ ਤੁਹਾਡੇ ਸਕਸੈਸਫੁਲ ਹੋ ਸਕਦਾ, ਫਿਰ ਉਹ ਵਾਲਾ ਪ੍ਰੋਸੀਜਰ ਅਸੀਂ ਪਰਫੋਰਮ ਕਰਦੇ। ਮੋਸਟਲੀ ਜਿਹੜੇ ਪੇਸ਼ੈਂਟਸ ਹੈ ਉਹ ਵਾਲਾ ਪ੍ਰੋਸੀਜਰ ਚਾਹੁੰਦੇ ਆ, ਜਿਹੜਾ ਚਾਹੇ ਸਰੀਰ 'ਚ ਕੋਈ ਚੀਜ਼ ਕੱਢੀ ਨਾ ਜਾਏ, ਕੋਈ ਚੀਜ਼ ਪਾਈ ਨਾ ਜਾਏ, ਜੇ ਮੁੜ ਕੇ ਰਿਵਰਸ ਕਰਾ ਸਕਣ ਦੀ ਪ੍ਰੋਬਲਮ ਹੋਵੇ ਤਾਂ ਉਹ ਵੀ ਕਰਾ ਸਕਣ। ਸੋ ਪੇਸ਼ੈਂਟਸ ਦੀ ਚੋਇਸ ਹੁੰਦੀ ਹੈ ਵੀ ਕੋਈ ਰਿਵਰਸੀਬਲ ਓਪਰੇਸ਼ਨ ਕੀਤਾ ਜਾਏ, ਅਤੇ ਨਾਲੇ ਇੱਕੋ ਓਪਰੇਸ਼ਨ 'ਚ ਉਹਨਾਂ ਦਾ ਸਸਟੇਨਡ ਵੇਟ ਲੋਡ ਮੈਂ ਹਮੇਸ਼ਾ ਲਈ ਵੇਟ ਲੋਸ ਰਹਿਣਾ ਚਾਹੀਦਾ, ਅਤੇ ਸ਼ੂਗਰ ਵਰਗੀਆਂ ਬਲੱਡ ਪ੍ਰੈਸ਼ਰ ਪ੍ਰੋਬਲਮ ਵੀ ਠੀਕ ਹੋਣੀ ਚਾਹੀਦੀ ਹੈ। ਅਤੇ ਉਹ ਦੇਖਦੇ ਹੋਏ ਹਾਂ ਜੋ ਸਾਡੇ ਆਪਣੇ ਨਤੀਜਿਆਂ 'ਚ ਅਸੀਂ ਦੇਖਿਆ, ਜਿਹੜੇ ਮਿੰਨੀ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਲੋਕਾਂ ਨੂੰ ਕਾਫੀ ਸੂਟ ਕਰਦਾ, ਪਸੰਦ ਆਉਂਦਾ, ਰਿਵਰਸੀਬਲ ਓਪਰੇਸ਼ਨ ਦਾ ਰਿਜ਼ਲਟਸ ਵੀ ਜ਼ਿਆਦਾ ਚੰਗੇ ਆ, ਅਸੀਂ ਜ਼ਿਆਦਾ ਤੌਰ 'ਤੇ ਉਹ ਪਰਫੋਰਮ ਕਰਦੇ ਹਾਂ ਜੀ। ਇੱਕ ਬੜਾ ਹੀ ਬੇਸਿਕ ਜਿਹਾ ਕੁਐਸਚਨ ਹੈ ਕਿ ਐਕਚੁਅਲ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਉਹ ਹੁੰਦੀ ਕਿਉਂ ਆ, ਮੋਟਾਪੇ ਦੀ ਪ੍ਰੋਬਲਮ? ਇਹਦੇ ਮੁੱਖ ਤੌਰ 'ਤੇ ਜੀ ਦੋ ਕਾਰਨ ਨੇ। ਇੱਕ ਤਾਂ ਜੈਨੈਟਿਕ ਰੀਜ਼ਨ ਆ, ਕਈ ਵਾਰ ਸਾਡੇ ਕੋਲ ਜੀਨ ਸਾਡੇ ਪੇਸ਼ੈਂਟ ਪੇਰੈਂਟਸ ਕੋਲੋਂ ਇੱਦਾਂ ਆ ਜਾਂਦੇ ਆ ਵੀ ਤੁਸੀਂ ਪ੍ਰੋਪਰਲੀ ਡਾਇਟ ਕਰਦੇ ਹੋ, ਐਕਸਰਸਾਈਜ਼ ਵੀ ਕਰਦੇ ਹੋ, ਤਾਂ ਵੀ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ, ਉਹ ਲਈ ਕੋਈ ਵੀ ਤੁਸੀਂ ਵੇ ਆਊਟ ਨਹੀਂ ਹੈਗਾ। ਅਤੇ ਦੂਸਰਾ ਕੋਈ ਆਪਣੀਆਂ ਕਈ ਵਾਰੀ ਲਾਈਫ ਸਟਾਈਲ ਦੇ ਹੈਬਿਟਸ ਹੈ, ਤੁਸੀਂ ਓਵਰ ਈਟਿੰਗ ਕਰਦੇ ਹੋ, ਡਾਇਟ ਪ੍ਰੋਪਰ ਨਹੀਂ ਖਾਂਦੇ, ਇਰੈਗੂਲਰ ਡਾਇਟ ਖਾਂਦੇ ਹੋ, ਐਕਸਰਸਾਈਜ਼ ਨਹੀਂ ਕਰਦੇ ਹੈਗੇ ਜਾਂ ਜੰਕ ਬਾਲ ਖਾਂਦੇ ਹੋ, ਉਹਦੇ ਕਰਕੇ ਵੀ ਵੇਟ ਤੁਹਾਡਾ ਵੱਧ ਜਾਂਦਾ ਹੈ। ਸੋ ਬਰੀਐਟ੍ਰਿਕ ਸਰਜਰੀ ਹੈ ਉਹ ਸਾਡੇ ਦੋਨੋਂ ਕਾਰਨਾਂ ਨਾਲ, ਭਾਵੇਂ ਤੁਸੀਂ ਜੈਨੈਟਿਕ ਰੀਜ਼ਨ ਹੈ ਵੀ ਤੁਹਾਨੂੰ ਪਾਣੀ ਵੀ ਘਿਓ ਵੋਂਗ ਲੱਗਦਾ, ਘੱਟ ਖਾ ਕੇ ਵੀ ਮੋਟਾਪਾ ਆ ਰਿਹਾ ਉਹ ਕਾਰਨ ਹੈ, ਅਤੇ ਜਾਂ ਤੁਹਾਡਾ ਓਵਰ ਈਟਿੰਗ ਕਾਰਨ ਆ, ਦੋਨਾਂ ਨਾਲ ਲੜ ਕੇ ਤੁਹਾਡਾ ਜਿਹੜਾ ਵੇਟ ਲੋਸ ਦੇ ਵਿੱਚ ਹੈਲਪ ਕਰਦੀ ਹੈ। ਨਾਲ ਨਾਲ ਜਿਵੇਂ ਮੈਂ ਦੱਸਿਆ ਵੀ ਸ਼ੂਗਰ, ਬਲੱਡ ਪ੍ਰੈਸ਼ਰ ਦੇ ਪ੍ਰੋਬਲਮ ਤੋਂ ਵੀ ਤੁਹਾਨੂੰ ਛੁਟਕਾਰਾ ਦਵਾਉਣ ਵਿੱਚ ਜਾਂ ਕੰਟਰੋਲ ਕਰਨ ਵਿੱਚ ਤੁਹਾਡੀ ਬਹੁਤ ਸਾਰੀ ਮਦਦ ਕਰਦੀ ਹੈ। ਯਾਨੀ ਕਿ ਇੱਕ ਇਹ ਜਿਹੜੀ ਸਰਜਰੀ ਕਰਾਉਣ ਨਾਲ ਤੁਹਾਡੀਆਂ ਕਿੰਨੀਆਂ ਸਾਰੀਆਂ ਜਿਹੜੀਆਂ ਮੈਡੀਕਲ ਪ੍ਰੋਬਲਮਸ ਨੇ ਉਹ ਸੋਲਵ ਹੋ ਸਕਦੀਆਂ ਨੇ। ਅੱਛਾ, ਇਹ ਸਰਜਰੀ ਬੇਸਿਕਲੀ ਕਿਵੇਂ ਕੀਤੀ ਜਾਂਦੀ ਹੈ, ਕਿ ਕੋਈ ਸਾਇੰਟੀਫਿਕ ਤਰੀਕਾ ਹੈ ਇਸ ਸਰਜਰੀ ਨੂੰ ਕਰਨ ਦਾ? ਬਿਲਕੁਲ ਜੀ, ਸਰਜਰੀ ਦੁਨੀਆ ਭਰ 'ਚ ਜਿਹੜੇ ਪ੍ਰਿੰਸੀਪਲ ਆ ਸਰਜਰੀ ਦਾ ਉਹੀ ਹੈ ਵੀ ਤਾਂ ਰਿਸਟ੍ਰਿਕਸ਼ਨ ਆਫ ਫੂਡ ਮੀਨਸ ਫੂਡ ਦੀ ਕੁਆਂਟਿਟੀ ਘਟਾਈ ਜਾਏ, ਫੂਡ ਤੁਹਾਨੂੰ ਉਨਾ ਅਲਾਓ ਕੀਤਾ ਜਾਏ ਵੀ ਜਿੰਨੇ ਤੁਸੀਂ ਹਾਈਟ ਦੇ ਹਿਸਾਬ ਨਾਲ ਤੁਹਾਡੇ ਬਾਡੀ ਸਟਰਕਚਰ ਦੇ ਹਿਸਾਬ ਨਾਲ ਤੁਹਾਨੂੰ ਖਾਣਾ ਖਾਣਾ ਚਾਹੀਦਾ, ਤੁਹਾਨੂੰ ਓਵਰ ਈਟਿੰਗ ਦੀ ਕਹਿ ਲਓ ਤਾਂਘ ਨਾ ਲੱਗੇ,
ਖੋ ਨਾ ਲੱਗੇ ਬਾਰ ਬਾਰ ਤੁਸੀਂ ਉਹਨਾਂ ਜੇ ਤੁਹਾਡੇ ਸਰੀਰ ਨੂੰ ਤੁਸੀਂ 5 ਫੁੱਟ ਦੇ ਫੋਰ ਇਗਜ਼ਾਮਪਲ ਹੈਗੇ ਹੋ ਤੁਹਾਨੂੰ ਦਿਨ 'ਚ ਜਿੰਨੀਆਂ ਕੈਲੋਰੀਜ਼ ਚਾਹੀਦੀ ਤੁਸੀਂ ਉੰਨੀ ਕੁ ਕੈਲੋਰੀਜ਼ ਖਾਓ ਤੁਸੀਂ ਇਹ ਨਾ ਵੀ ਮੈਂ ਉਸ ਤੋਂ ਜ਼ਿਆਦਾ ਕੈਲੋਰੀਜ਼ ਖਾ ਜਾਓ ਫਿਰ ਤੁਹਾਨੂੰ ਓਵਰਵੇਟ ਹੋਣਾ ਸ਼ੁਰੂ ਹੋ ਜਾਂਦਾ ਅਤੇ ਜਿਹੜੇ ਲੋਟ ਘੱਟ ਖਾ ਕੇ ਵੀ ਸ਼ਿਕਾਰ ਹੋ ਰਿਹਾ ਉਹਨਾਂ ਦੇ ਅਸੀਂ ਬਾਈਪਾਸ ਕਰ ਦਿੰਦੇ ਜਿੱਥੇ ਲੋੜ ਤੋਂ ਵੱਧ ਅਬਜ਼ੋਰਪਸ਼ਨ ਹੋ ਰਹੀ ਹੈ ਤੁਹਾਡੀ ਆਂਤਰੀ ਦੇ ਵਿੱਚ। ਜੀ ਅੱਛਾ ਡਾਕਟਰ ਸਾਹਿਬ, ਕੀ ਇਹ ਸਰਜਰੀ ਨੂੰ ਕਰਾਉਣ ਤੋਂ ਬਾਅਦ ਕੋਈ ਪ੍ਰੀਕੋਸ਼ਨ ਜਿਹੜੀ ਹੈ ਸਾਨੂੰ ਡੇਲੀ ਰੂਟੀਨ ਦੀ ਲਾਈਫ ਦੇ ਵਿੱਚ ਲੈਣ ਦੀ ਲੋੜ ਹੈ? ਦੇਖੋ, ਸਰਜਰੀ ਨੂੰ ਸਕਸੈਸਫੁਲ ਬਣਾਉਣ ਲਈ ਪੇਸ਼ੈਂਟ ਦਾ, ਉਹਦੀ ਫੈਮਿਲੀ ਦਾ, ਡਾਕਟਰ ਦਾ, ਡਾਇਟੀਸ਼ੀਅਨ ਦਾ ਬੜਾ ਰੋਲ ਹੈ ਕਿ ਟੀਮ ਐਫਰਟ ਹੈ। ਅਸੀਂ ਇਹ ਸਰਜੀਕਲੀ ਤੁਹਾਡੀ ਮਦਦ ਕਰ ਸਕਦੇ ਹਾਂ ਵੀ ਜਿਹੜਾ ਵੇਟ ਤੁਸੀਂ ਆਪਣੇ ਆਪ ਲੂਜ਼ ਨਹੀਂ ਕਰ ਪਾਉਂਦੇ, ਪੇਸ਼ੈਂਟਸ ਐਕਸਰਸਾਈਜ਼ ਨਹੀਂ ਕਰ ਪਾਉਂਦੇ, ਡਾਇਟ ਨਹੀਂ ਕਰ ਪਾਉਂਦੇ, 40-50 ਕਿਲੋ ਓਵਰ ਵੇਟ ਹੋ ਗਏ, ਇਸ ਤੋਂ ਜ਼ਿਆਦਾ ਹੋ ਗਏ, ਜਿਹੜਾ ਪੋਸੀਬਲ ਹੀ ਨਹੀਂ ਕਿਸੇ ਡਾਇਟ ਐਕਸਰਸਾਈਜ਼ ਨਾਲ ਵੇਟ ਲੂਜ਼ ਕਰਨਾ, ਅਸੀਂ ਸਰਜੀਕਲੀ ਹੈਲਪ ਕਰਦੇ ਹਾਂ ਵੀ ਤੁਸੀਂ ਇੰਨਾ ਵੇਟ ਲੂਜ਼ ਕਰ ਲਓ। ਉਸ ਤੋਂ ਬਾਅਦ ਪੇਸ਼ੈਂਟ, ਉਹਦੀ ਫੈਮਿਲੀ, ਉਹਨਾਂ ਨੂੰ ਚਾਹੀਦਾ ਵੀ ਆਪਣੇ ਉਹਨੂੰ ਮੇਨਟੇਨ ਕਰਨਾ, ਜਿਹੜਾ ਵੇਟ ਲੋਸਟ ਹੈ ਉਹਨੂੰ ਦਿਲ ਦੀ ਕੁਛ ਐਕਸਰਸਾਈਜ਼ ਕਰੋ, ਜੰਕ ਨਾ ਖਾਓ, ਪ੍ਰੋਪਰ ਹਾਈਜੀਨਿਕ ਫੂਡ ਖਾਓ ਜਿਸ 'ਚ ਫੈਟ ਜ਼ਿਆਦਾ ਨਹੀਂ ਹੋਣੀ ਚਾਹੀਦੀ, ਕਾਰਬੋਹਾਈਡਰੇਟਸ ਜ਼ਿਆਦਾ ਨਹੀਂ ਹੋਣੀ ਚਾਹੀਦੀ, ਬੈਲੈਂਸ ਡਾਇਟ ਹੋਣੀ ਚਾਹੀਦੀ ਹੈ, ਕੁਛ ਨਾ ਕੁਛ ਡੇਲੀ ਰੋਜ਼ਾਨਾ ਵਰਜਿਸ਼ ਹੋਣੀ ਚਾਹੀਦੀ ਹੈ। ਸੋ ਉਹਨੂੰ ਸਕਸੈਸਫੁਲ ਬਣਾਉਣ ਲਈ ਪੂਰੀ ਇੱਕ ਐਫਰਟ ਪੇਸ਼ੈਂਟ ਵੱਲੋਂ ਵੀ ਹੋਣਾ ਚਾਹੀਦਾ। ਮੋਸਟ ਆਫ ਦਾ ਪੇਸ਼ੈਂਟ ਜਿਹੜਾ ਸਾਡੇ ਕੋਲ ਸਰਜਰੀ ਲਈ ਆਉਂਦੇ ਹੈ ਉਹਨਾਂ ਨੇ ਡਾਇਟਿੰਗ ਐਕਸਰਸਾਈਜ਼ ਸਭ ਨੇ ਟਰਾਈ ਕੀਤੀ ਹੁੰਦੀ ਹੈ, ਸਾਰੇ ਜਿਹੜੇ ਉਪਰਾਲੇ ਆ ਉਹ ਟਰਾਈ ਕੀਤੇ ਹੀ ਹੁੰਦੇ ਆ। ਜੀ, ਜਦੋਂ ਅਸੀਂ ਸਰਜਰੀ ਕਰਵਾ ਲੈਂਦੇ ਹਾਂ, ਤੁਸੀਂ ਵਰਜਿਸ਼ ਦੀ ਗੱਲ ਕੀਤੀ ਕਿ ਸਾਨੂੰ ਆਪਣਾ ਧਿਆਨ ਜਿਹੜਾ ਉਹ ਆਪ ਰੱਖਣਾ ਚਾਹੀਦਾ, ਕਿ ਸਰਜਰੀ ਤੋਂ ਇਮੀਡੀਏਟਲੀ ਬਾਅਦ ਅਸੀਂ ਵਰਜਿਸ਼ ਜਾਂ ਵਰਕਆਊਟ ਜਿਹਨੂੰ ਕਹਿੰਦੇ ਹਾਂ ਕੰਟੀਨਿਊ ਕਰ ਸਕਦੇ ਹਾਂ? ਹਾਂਜੀ, ਕੁਛ ਦਿਨ ਦੀ ਰੈਸਟ ਤੋਂ ਬਾਅਦ, ਵੈਸੇ ਤਾਂ ਸਰਜਰੀ ਕੋਈ ਬੈਡ ਰੈਸਟ ਜਾਂ ਐਡਵਾਈਸ ਨਹੀਂ ਕਰਦੀ, ਪਰ ਅਸੀਂ ਚਾਹੁੰਦੇ ਹਾਂ ਵੀ ਮਹੀਨੇ ਕੁ ਬਾਅਦ ਸਰਜਰੀ ਬਾਅਦ ਤੁਸੀਂ ਛੋਟੀ ਮੋਟੀ ਆਪਣੀ ਫਿਜ਼ੀਕਲ ਐਕਟੀਵਿਟੀ ਜਿਹੜੀ ਵੀ ਆ ਤੁਸੀਂ ਆਪਣੇ ਕੰਫਰਟ ਲੈਵਲ ਦੇ ਹਿਸਾਬ ਨਾਲ ਸ਼ੁਰੂ ਕਰ ਸਕਦੇ ਹੋ। ਸਲੋ ਵਾਕਿੰਗ, ਬ੍ਰਿਸਕ ਵਾਕਿੰਗ ਜਾਂ ਜੋਗਿੰਗ, ਟ੍ਰੈਡਮਿਲ, ਕੁਛ ਵੀ ਜੋ ਤੁਸੀਂ ਲਾਈਕ ਕਰਦੇ ਹੋ, ਡਾਂਸਿੰਗ, ਸਵਿਮਿੰਗ ਤੁਸੀਂ ਕਰ ਸਕਦੇ ਹੋ। ਪਰ ਲੇਟਰ ਔਨ ਵੀ ਇੱਕ ਪੇਸ਼ੈਂਟ ਦਾ ਆਪਣਾ ਵੀ ਹੁੰਦਾ ਵੀ ਤੁਸੀਂ ਸਰਜਰੀ ਜਿਹੜਾ ਵੇਟ ਲੋਸ ਕੀਤਾ ਤਾਂ ਸਰਜਰੀਕਲੀ ਉਹਨੂੰ ਮੇਨਟੇਨ ਕਰਨ ਲਈ ਕੁਛ ਨਾ ਕੁਛ ਐਫਰਟ ਆਪਣੇ ਵੱਲੋਂ ਜ਼ਰੂਰ ਪਾਓ। ਜਿਵੇਂ ਕੋਈ ਵੀ ਇੱਕ ਨੋਰਮਲ ਇਨਸਾਨ ਆਪਣਾ ਵੇਟ ਮੇਨਟੇਨ ਕਰਨ ਲਈ ਡਾਇਟ ਪ੍ਰੋਪਰ ਖਾਂਦਾ, ਐਕਸਰਸਾਈਜ਼ ਰੋਜ਼ਾਨਾ ਕਰਦਾ, ਅਸੀਂ ਵੀ ਚਾਹੁੰਦੇ ਜੇ ਤੁਸੀਂ ਬਰੀਆਟ੍ਰਿਕ ਸਰਜਰੀ ਕਰਾ ਕੇ 50-60-70 ਕਿਲੋ ਵੇਟ ਲੂਜ਼ ਕਰ ਲਿਆ, ਤੁਸੀਂ ਉਹਨੂੰ ਮੇਨਟੇਨ ਕਰਨ ਲਈ ਕੁਛ ਨਾ ਕੁਛ ਡਾਇਟ ਜਾਂ ਐਕਸਰਸਾਈਜ਼ ਆਪਣੇ ਡੇਲੀ ਰੂਟੀਨ 'ਚ ਕਰੋ ਕਿ ਤੁਹਾਡਾ ਦੁਬਾਰਾ ਜਿਹੜਾ ਲੋਸਟ ਵੇਟ ਹੈ ਉਹ ਵਧੇ ਨਾ ਦੁਬਾਰਾ। ਜੀ, ਤੁਸੀਂ ਗੱਲ ਕੀਤੀ ਕਿ ਅਸੀਂ 50-60 ਕਿਲੋ ਜਿਹੜਾ ਉਹ ਵੇਟ ਘਟਾ ਦੇਣਾ, ਉਸ ਤੋਂ ਵੱਧ ਵੀ ਘਟ ਜਾਂਦਾ। ਜੀ, ਸਰਜਰੀ ਦੇ ਟਾਈਮ ਕੀ ਸਾਰੇ ਦਾ ਸਾਰਾ ਵੇਟ ਇੱਕੋ ਵਾਰੀ ਘਟ ਜਾਂਦਾ? ਨਹੀਂ ਜੀ, ਨਾਟ ਐਟ ਆਲ। ਸਰਜਰੀ ਜੋ ਪੇਸ਼ੈਂਟ ਆਪਰੇਸ਼ਨ ਰੂਮ 'ਚ ਜਾਂਦਾ ਤਾਂ ਬਾਹਰ ਆਉਂਦਾ ਸੇਮ ਵੇਟ ਹੁੰਦਾ, 1 ਗ੍ਰਾਮ ਵੀ ਵੇਟ ਦਾ ਫਰਕ ਨਹੀਂ ਹੁੰਦਾ। ਅਸੀਂ ਜਿਹੜੀ ਫੈਟ ਦੀ ਪ੍ਰੋਡਕਸ਼ਨ ਹੈ ਉਹ ਸਲੋ ਡਾਊਨ ਕਰ ਦਿੰਦੇ ਹਾਂ, ਕਿਉਂਕਿ ਅਸੀਂ ਜੋ ਫੂਡ ਦੀ ਕੁਆਂਟਿਟੀ ਹੈ ਤੁਹਾਡੇ ਹਾਈਟ ਦੇ ਹਿਸਾਬ ਨਾਲ ਤੁਹਾਨੂੰ ਅਲਾਓ ਕਰਦੇ, ਤੁਸੀਂ ਉਨਾ ਖਾਣਾ ਖਾ ਸਕਦੇ, ਓਵਰ ਈਟਿੰਗ ਨਹੀਂ ਕਰਦੇ, ਜ਼ਿਆਦਾ ਕੈਲੋਰੀਜ਼ ਨਹੀਂ ਤੁਸੀਂ ਖਾ ਸਕਦੇ। ਅਤੇ ਅਸੀਂ ਜੇ ਘੱਟ ਖਾ ਕੇ ਮੋਟਾਪੇ ਦੇ ਸ਼ਿਕਾਰ ਸੀ ਤਾਂ ਅਸੀਂ ਜਿੱਥੇ ਲੋੜ ਤੋਂ ਵੱਧ ਅਬਜ਼ੋਰਪਸ਼ਨ ਹੋ ਰਹੀ ਸੀ ਉਹ ਜਗ੍ਹਾ ਬਾਈਪਾਸ ਕਰ ਦਿੰਦੇ ਹਾਂ ਲੋੜ ਤੋਂ ਵੱਧ। ਅਤੇ ਸਲੋਲੀ ਐਂਡ ਸਟੈਡੀਲੀ ਤਕਰੀਬਨ ਹਰ ਮਹੀਨੇ ਤੱਕ ਕੁਛ ਪੌਂਡ ਜਾਂ ਕੁਛ ਕਿਲੋ, 4-5 ਕਿਲੋ ਜਾਂ 8-10 ਪੌਂਡ ਤੁਹਾਡਾ ਵੇਟ ਆਟੋਮੈਟਿਕਲੀ ਲੂਜ਼ ਹੋਣਾ ਸ਼ੁਰੂ ਹੋ ਜਾਂਦਾ। ਜਿਹੜੇ ਲੋਕਾਂ ਦਾ ਵੇਟ ਬਹੁਤ ਜ਼ਿਆਦਾ ਹੁੰਦਾ ਉਹ ਬੜੀ ਜ਼ਿਆਦਾ ਲੂਜ਼ ਕਰਦੇ ਆ, ਪਰ ਜਿਵੇਂ ਜਿਵੇਂ ਤੁਸੀਂ ਟਾਰਗੇਟ ਵੇਟ ਦੇ ਨੇੜੇ ਪਹੁੰਚਦੇ ਹੋ ਉਹ ਵੇਟ ਜਿਹੜਾ ਲੋਸ ਹੈ ਸਲੋ ਹੁੰਦਾ ਜਾਂਦਾ। ਤਕਰੀਬਨ 1 ਸਾਲ ਤੋਂ 1.5 ਸਾਲ ਦੇ ਸਮੇਂ 'ਚ ਤੁਸੀਂ ਜਿੰਨੇ ਵੀ ਓਵਰ ਵੇਟ ਹੋ ਉਹ ਤੁਸੀਂ ਉਹਨਾਂ ਵੇਟ ਜਿਹੜਾ ਹੈ ਉਹ ਤੁਸੀਂ ਲੂਜ਼ ਕਰ ਲੈਂਦੇ। ਜੀ, ਯਾਨੀ ਕਿ ਇੱਕ ਮੈਕਸੀਮਮ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਤੁਸੀਂ ਆਪਣਾ ਵੇਟ ਜਿਹੜਾ ਲੋਸ ਕਰ ਸਕਦੇ? ਹਾਂ, 1.5 ਸਾਲ ਦੇ ਵਿੱਚ ਤੁਸੀਂ ਕਰ ਲੈਂਦੇ। ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਵੀ ਤੁਸੀਂ ਉਹਨੂੰ ਮੇਨਟੇਨ ਰੱਖੋ, ਡਾਇਟ ਧਿਆਨ ਨਾਲ ਖਾਓ, ਐਕਸਰਸਾਈਜ਼ ਕਰੋ। ਜੀ, ਕੀ ਇਹ ਸਰਜਰੀ ਜਿਹੜੇ ਸਾਡੇ ਸਿੰਗਲ ਬੋਇਜ਼ ਐਂਡ ਗਰਲਸ ਹੈਗੇ ਆ ਉਹ ਕਰਵਾ ਸਕਦੇ ਨੇ? ਬਿਕੋਜ਼ ਇਹਦੇ ਵਿੱਚ ਇੱਕ ਬਹੁਤ ਵੱਡਾ ਪੁਆਇੰਟ ਹੈਗਾ ਕਿ ਇਨਫਰਟੀਲਿਟੀ ਇਫੈਕਟ ਹੁੰਦੀ ਹੈ। ਇਨਫਰਟੀਲਿਟੀ ਠੀਕ ਹੁੰਦੀ ਹੈ। ਸੋ ਯੰਗ ਬੋਇਜ਼, ਗਰਲਸ, ਮੈਰੀਜੇਬਲ ਏਜ ਗਰੁੱਪ ਦੇ ਲੜਕੇ ਲੜਕੀਆਂ ਬਿਨਾਂ ਡਰ ਓਪਰੇਸ਼ਨ ਕਰਾਉਂਦੇ ਸੀ, ਰੋਜ਼ਾਨਾ ਓਪਰੇਸ਼ਨ ਕਰਦੇ ਹਾਂ, ਕਈ ਵਾਰੀ ਸਪੈਸ਼ਲੀ ਫੀਮੇਲਸ ਦੇ ਵਿੱਚ ਓਵਰਵੇਟ ਕਰਕੇ ਜਿਹੜੇ ਹਾਰਮੋਨਸ ਵਿਗੜ ਜਾਂਦੇ, ਬੈਲੈਂਸ ਠੀਕ ਨਹੀਂ ਰਹਿੰਦਾ, ਜਿਹਦੇ ਕਰਕੇ ਮੈਨਸਟਰੋਲ ਇਰੈਗੂਲੈਰਿਟੀਜ਼, ਪੀਰੀਅਡਸ ਇਰੈਗੂਲੈਰਿਟੀਜ਼ ਆਉਂਦੀ ਹੈ, ਪੋਲੀਸਿਸਟਿਕ ਓਵਰੀਜ਼ ਹੋ ਜਾਂਦੀ ਹੈ, ਜਿਹਦੇ ਕਰਕੇ ਆਫਟਰ ਮੈਰਿਜ ਪ੍ਰੈਗਨੈਂਸੀ ਹੋਣ ਦੇ ਚਾਂਸਿਸ ਬੜੇ ਉਹਨਾਂ ਦੇ ਘੱਟ ਜਾਂਦੇ। ਅਤੇ ਉਸ ਜਿਹੜੀ ਪ੍ਰੋਬਲਮ ਤਕਰੀਬਨ 60-80% ਫੀਮੇਲਸ ਵੀ ਜਿਹੜੇ ਤੁਹਾਡੇ ਇਨਫਰਟੀਲਿਟੀ ਬਿਕੋਜ਼ ਆਫ ਓਵਰਵੇਟ ਜਾਂ ਪੋਲੀਸਿਸਟਿਕ ਓਵਰੀਜ਼ ਹੈ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀ ਹੈ। ਇਸੇ ਤਰ੍ਹਾਂ ਮੇਲ ਜਿਹੜੇ ਬੋਇਜ਼ ਹੈ ਜਿਹੜੇ ਮੈਰਿਜ ਵਿਲੇਜ ਗਰੁੱਪ ਦੇ ਉਹ ਵੀ ਬਿਨਾਂ ਡਰ ਓਪਰੇਸ਼ਨ ਕਰਾ ਸਕਦੇ, ਕਿਉਂਕਿ ਉਹਨਾਂ ਦੇ ਹਾਰਮੋਨ ਲੈਵਲ ਵੀ ਓਵਰਵੇਟ ਕਰਕੇ ਖਰਾਬ ਹੋਏ ਹੁੰਦੇ ਆ। ਜਦੋਂ ਵੀ ਵੇਟ ਲੂਜ਼ ਹੋਣਾ ਸ਼ੁਰੂ ਹੁੰਦਾ ਤੁਹਾਡੇ ਹਾਰਮੋਨ ਲੈਵਲ ਨੋਰਮਲ ਹੁੰਦੇ ਆ। ਸੋ ਬੇਸ਼ੱਕ ਮੇਲ ਹੈ ਜਾਂ ਫੀਮੇਲ ਹੈ, ਭਾਵੇਂ ਮੇਰੇ ਜੀਵ ਏਜ ਗਰੁੱਪ ਦੇ ਆ, ਬਿਨਾਂ ਡਰ ਓਪਰੇਸ਼ਨ ਦੀ ਹੈਲਪ ਲੈ ਕੇ ਆਪਣਾ ਵੇਟ ਉਹ ਲੂਜ਼ ਕਰ ਸਕਦੇ। ਜੀ ਡਾਕਟਰ ਸਾਹਿਬ, ਜੇਕਰ ਅਸੀਂ ਆਪਣੇ ਵਿਊਅਰਸ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਜ਼ਿਆਦਾਤਰ ਵਿਊਅਰਸ ਨੇ ਉਹ NRI ਨੇ, ਅਤੇ ਕਿੰਨਾ ਕੁ ਟਾਈਮ ਸਪੈਨ ਜਿਹੜਾ ਆ ਲੱਗ ਜਾਂਦਾ ਹੈ ਸਰਜਰੀ ਕਰਵਾਉਣ ਵਾਸਤੇ, ਜਦੋਂ ਉਹਨਾਂ ਨੇ ਸਪੈਸ਼ਲ ਤੁਹਾਡੇ ਕੋਲ ਅਪਾਇੰਟਮੈਂਟ ਲੈ ਕੇ ਸਰਜਰੀ ਕਰਵਾਉਣ ਆਉਣਾ ਹੈ, ਅਤੇ ਕਿੰਨਾ ਟਾਈਮ ਉਹਨਾਂ ਨੂੰ ਚਾਹੀਦਾ ਹੈ?
ਅੱਜ ਕੱਲ੍ਹ ਅਸੀਂ ਬਹੁਤ ਲੇਟੈਸਟ ਟੈਕਨੋਲੋਜੀ ਯੂਜ਼ ਕਰਦੇ ਹਾਂ ਓਪਰੇਸ਼ਨ ਵਾਸਤੇ ਆਪਣੇ ਜੰਮੂ ਹੋਸਪਿਟਲ ਵਿੱਚ 3D ਕੈਮਰੇ ਨਾਲ ਅਸੀਂ ਓਪਰੇਸ਼ਨ ਕਰਦੇ ਹਾਂ। ਆਮ ਜਿਹੜੇ ਅਸੀਂ ਉਹ ਸਿੰਪਲ ਡੈਫੀਨੇਸ਼ਨ ਸਟੈਂਡਰਡ ਡੈਫੀਨੇਸ਼ਨ ਹਾਈ ਡੈਫੀਨੇਸ਼ਨ ਕੈਮਰੇ ਨਾਲ ਓਪਰੇਸ਼ਨ ਕੀਤੇ ਜਾਂਦੇ ਸੀ। 3D ਜਿਹੜੇ ਕੈਮਰੇ ਨਾਲ ਓਪਰੇਸ਼ਨ ਦੀ ਸੇਫਟੀ, ਸਪੀਡ, ਐਕੂਰੇਸੀ ਬਹੁਤ ਵੱਧ ਜਾਂਦੀ ਹੈ ਸਰ। ਕੋਈ ਵੀ ਓਪਰੇਸ਼ਨ ਅਸੀਂ ਤਕਰੀਬਨ 20-25 ਮਿੰਟ ਦੇ ਸਮੇਂ 'ਚ ਓਪਰੇਸ਼ਨ ਕਰ ਦਿੱਤੇ ਜਾਂਦਾ। ਪੇਸ਼ੈਂਟ ਸੇਮ ਡੇ ਓਪਰੇਸ਼ਨ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ, ਨੈਕਸਟ ਡੇ ਸ਼ਾਵਰ ਵੀ ਲੈ ਸਕਦਾ। ਸਿਰਫ 1 ਜਾਂ 2 ਦਿਨ ਦੀ ਓਬਜ਼ਰਵੇਸ਼ਨ, ਮੀਨਸ 24-48 ਘੰਟੇ ਨੂੰ ਪੇਸ਼ੈਂਟ ਨੂੰ ਹੋਸਪਿਟਲਾਈਜ਼ ਕੀਤਾ ਜਾਂਦਾ, ਜਿਹਦੇ ਵਿੱਚ ਵੀ ਪੇਸ਼ੈਂਟ ਚੱਲਦਾ ਫਿਰਦਾ ਹੁੰਦਾ, ਅਤੇ 2 ਦਿਨ ਬਾਅਦ ਡਰਾਈਵ ਕਰਕੇ ਖੁਦ ਘਰ ਚਲੇ ਜਾਂਦੇ ਆ। ਉਸ ਤੋਂ ਬਾਅਦ ਜੇ ਪੇਸ਼ੈਂਟ NRIs ਆਏ ਹੁੰਦੇ ਆ, ਸਾਨੂੰ ਇਹੀ ਕਹਿੰਦੇ ਵੀ ਤੁਸੀਂ 10-15 ਦਿਨ ਦਾ ਸਮਾਂ ਕੱਢ ਕੇ ਆਓ, ਜਿਹਦੇ ਵਿੱਚ ਅਸੀਂ ਸਿਰਫ 2 ਕੁ ਦਿਨ ਤੁਹਾਨੂੰ ਹੋਸਪਿਟਲ 'ਚ ਰੱਖਾਂਗੇ, ਸਾਰਾ ਉਹਨਾਂ ਬਲੱਡ ਵਰਕ ਕਰਕੇ, ਸਾਰੇ ਮੈਡੀਕਲ ਟੈਸਟ ਕਰਕੇ, ਜਿਸ ਤਰ੍ਹਾਂ ਲੱਗਦਾ ਰਿਪੋਰਟਸ ਠੀਕ ਹੈ, ਕੋਈ ਓਪਰੇਸ਼ਨ 'ਚ ਕੋਈ ਡਰ ਵਾਲੀ ਗੱਲ ਨਹੀਂ ਹੈ, ਅਸੀਂ ਸਰਜਰੀ ਕਰ ਦਿੰਦੇ ਹਾਂ ਉਹਨਾਂ ਦੀ। 2 ਦਿਨ ਬਾਅਦ ਘਰ ਭੇਜ ਦਿੰਦੇ, ਹਫ਼ਤੇ ਬਾਅਦ ਇੱਕ ਫੋਲੋਅਪ ਕਰਕੇ ਉਸ ਨੂੰ ਫ੍ਰੀ ਕਰ ਦਿੰਦੇ ਹਾਂ। ਜਿਹੜੇ ਸਪਲੀਮੈਂਟਸ ਪ੍ਰਿਸਕ੍ਰਾਈਬ ਕਰ ਦਿੰਦੇ ਹਾਂ, ਜਿਹੜੇ ਵਿਟਾਮਿਨ ਜਾਂ 1C ਜਿਹੜੇ ਬਲੱਡ ਟੈਸਟ ਹੈ ਉਹਨੂੰ ਦੱਸ ਦਿੱਤਾ ਜਾਂਦਾ, ਅਤੇ ਉਸ ਤੋਂ ਬਾਅਦ ਫ੍ਰੀ ਹੁੰਦੇ ਆ ਆਪਣੇ ਕੰਟਰੀ ਜਾ ਕੇ, ਜਿਹੜਾ ਮਰਜ਼ੀ ਕੰਮ ਕਰਨਾ ਚਾਹੋ ਕਰ ਸਕਦੇ ਆ। ਸਰ 2007 ਤੋਂ ਤੁਸੀਂ ਇਹ ਸਰਜਰੀਜ਼ ਕਰ ਰਹੇ ਹੋ, ਕੀ ਕਦੇ ਇਸ ਤਰ੍ਹਾਂ ਹੋਇਆ ਕਿ ਕਿਸੇ ਪੇਸ਼ੈਂਟ ਨੇ ਕਿਹਾ ਹੋਵੇ ਕਿ ਉਹਨੇ ਦੁਬਾਰਾ ਸੇਮ ਪੋਜੀਸ਼ਨ ਦੇ ਵਿੱਚ ਜਾਣਾ ਜਾਂ ਵੇਟ ਜਿੰਨਾ ਵੀ ਸੀ ਉਹ ਦੁਬਾਰਾ ਪੁੱਟ ਆਨ ਕਰਨਾ? ਨਹੀਂ, ਇਹੋ ਜਿਹਾ ਕਿਸੇ ਮੈਡੀਕਲ ਰੀਜ਼ਨ ਕਰਕੇ ਸਾਨੂੰ ਕੋਈ ਪੇਸ਼ੈਂਟ ਦਾ ਰਿਵਾਈਜ਼ ਜਾਂ ਰਿਵਰਸ ਨਹੀਂ ਕਰਨਾ ਪਿਆ, ਪਰ ਕਿਉਂਕਿ ਸਾਡਾ ਸੈਂਟਰ ਹੁਣ ਕਾਫੀ ਪੁਰਾਣਾ ਸੈਂਟਰ ਹੈ, ਫੇਮਸ ਸੈਂਟਰ, ਇੱਥੇ ਸਾਨੂੰ ਬਹੁਤ ਸਾਰੇ ਰੈਫਰਲ ਕੇਸਿਸ ਵੀ ਆਉਂਦੇ ਆ, ਜਿਹੜੇ ਹੋਰ ਕਈ ਸੈਂਟਰ ਓਪਰੇਟ ਕੀਤੇ ਜਾਂ ਕੁਛ ਵੀ ਜਾਂ ਪ੍ਰੋਬਲਮੈਟਿਕ ਕੇਸ ਹੈ ਜਿਹਨੂੰ ਰਿਵੀਜ਼ਨ ਸਰਜਰੀ ਅਸੀਂ ਉਹ ਵੀ ਕਰਦੇ ਹਾਂ। ਸੋ ਕਈ ਵਾਰ ਸਾਨੂੰ ਪੇਸ਼ੈਂਟ ਇਹੋ ਜਿਹੇ ਵੀ ਆਉਂਦੇ ਆ, ਕਿਸੇ ਦੀ ਸਰਜਰੀ 'ਚ ਵੇਟ ਲੂਜ਼ ਘੱਟ ਹੋਇਆ ਹੁੰਦਾ, ਵੀ ਜ਼ਿਆਦਾ ਵੇਟ ਲੂਜ਼ ਕਰਨਾ, ਅਸੀਂ ਉਹ ਫਿਰ ਰਿਵਾਈਜ਼ ਕਰਦੇ ਹਾਂ, ਜਾਂ ਕਿਸੇ ਦਾ ਬਹੁਤ ਜ਼ਿਆਦਾ ਵੇਟ ਲੂਜ਼ ਹੋ ਗਿਆ ਉਹਨੂੰ ਕਰੈਕਟ ਕੀਤਾ ਜਾਂਦਾ, ਜਾਂ ਕੋਈ ਪੇਸ਼ੈਂਟ ਡਿਊ ਟੂ ਸਾਈਕੋਲੋਜੀਕਲ ਰੀਜ਼ਨ, ਕੋਈ ਕਿਸੇ ਨੂੰ ਕੋਈ ਜੇ ਵੀ ਮੈਨੂੰ ਸੂਟ ਨਹੀਂ ਕਰਦਾ, ਮੈਂ ਦੁਬਾਰਾ ਆਪਣਾ ਜ਼ਿਆਦਾ ਖਾਣਾ ਚਾਹੁੰਦਾ ਜਾਂ ਜ਼ਿਆਦਾ ਓਵਰਵੇਟ ਹੋਣਾ ਚਾਹੁੰਦਾ, ਤਾਂ ਬਹੁਤ ਰੇਅਰ ਕੇਸ ਇਹੋ ਜਿਹੇ ਕੇਸਿਸ ਹੁੰਦੇ ਆ। ਤੁਸੀਂ ਕਹਿ ਲਓ ਵੀ 1000 'ਚ ਕੋਈ ਇੱਕ ਕੇਸ ਜਾਂ 2 ਕੇਸ ਹੋਣਗੇ ਜਿਹੜੇ ਆਪਣਾ ਆਪ ਨੂੰ ਕੋਈ ਰਿਵੀਜ਼ਨ ਜਾਂ ਰਿਵਾਈਜ਼ ਜਾਂ ਰਿਵਰਸਲ ਸਰਜਰੀ ਕਰਨਾ ਚਾਹੁੰਦੇ। ਤੁਸੀਂ ਗੱਲ ਕੀਤੀ ਕਿ ਜ਼ਿਆਦਾ ਖਾਣਾ ਚਾਹੁੰਦਾ, ਇਹ ਪ੍ਰੋਬਲਮ ਵੀ ਆਈ ਥਿੰਕ ਅੱਜ ਕੱਲ੍ਹ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਹੈ, ਖਾਸ ਤੌਰ 'ਤੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈਗੀ ਹੈ। ਸੋ ਇਸ ਜ਼ਿਆਦਾ ਖਾਣ ਵਾਲੀ ਪ੍ਰੋਬਲਮ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ? ਜ਼ਿਆਦਾ ਖਾਣ ਵਾਲੀ ਪ੍ਰੋਬਲਮ ਤਾਂ ਫਿਰ ਮੈਂ ਤਾਂ ਇਹੀ ਕਹਿ ਸਕਦਾ, ਜਿਸ ਸਾਈਕੋਲੋਜੀਕਲ ਪ੍ਰੋਬਲਮ, ਆਪਣਾ ਆਪ ਨੂੰ ਸਾਈਕੋਲੋਜਿਸਟ ਕੋਲ ਕਾਉਂਸਲਿੰਗ ਲੈਣੀ ਚਾਹੀਦੀ ਹੈ। ਖਾਣਾ ਤਾਂ ਉਨਾ ਹੀ ਖਾਣਾ ਚਾਹੀਦਾ ਜਿੰਨੇ ਸਰੀਰ ਨੂੰ ਤੁਹਾਨੂੰ ਅਲਾਊਡ ਹੈ ਅਕੋਰਡਿੰਗ ਟੂ ਹਾਈਟ ਐਂਡ ਤੁਹਾਡੇ ਬਾਡੀ ਸਟਰਕਚਰ। ਜੇ ਕੋਈ ਓਵਰਵੇਟ ਬਣਨਾ ਹੀ ਚਾਹੁੰਦੇ ਹੋ ਤਾਂ ਉਹਨੂੰ ਅਸੀਂ ਤਾਂ ਕੋਈ ਵੀ ਨਹੀਂ ਹੁੰਦੇ ਰੋਕਣ ਵਾਲੇ। ਇਹ ਆਈ ਥਿੰਕ ਬੜੀ ਕਾਮਨ ਜੀ ਗੱਲ ਹੈਗੀ ਆ, ਬਟ ਐਕਚੁਅਲੀ ਇਹਦੇ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਈਕੋਲੋਜੀਕਲ ਹੈ ਸਾਰਾ, ਮੈਂ ਚਾਹੂੰਗੀ ਕਿ ਇੱਕ ਸੁਜੈਸ਼ਨ ਜ਼ਰੂਰ ਤੁਸੀਂ ਦਿਓ ਜਾਂਦੇ ਜਾਂਦੇ ਕਿ ਸਾਈਕੋਲੋਜੀਕਲ ਰੀਜ਼ਨ ਨੂੰ ਜੇ ਕਿਸੇ ਤਰ੍ਹਾਂ ਰੋਕਿਆ ਜਾ ਸਕਦਾ ਤਾਂ ਕਿਵੇਂ? ਉਹਦੇ ਲਈ ਤਾਂ ਅਸੀਂ ਬੈਸਟ ਹੈ, ਅੱਛੀਆਂ ਬੁੱਕਸ ਦੀ ਹੈਲਪ ਲਓ, ਤੁਹਾਨੂੰ ਕਾਫੀ ਸਾਰੀ ਵੀ ਇਨਫੋਰਮੇਸ਼ਨ ਮਿਲ ਜਾਏਗੀ ਜਿਹ 'ਚ ਤੁਸੀਂ ਆਪਣੇ ਸਾਈਕੋਲੋਜੀ ਕਵਲੇ ਰੀਡਿੰਗ ਕਰਕੇ ਤੁਸੀਂ ਚੇਂਜ ਕਰ ਸਕਦੇ ਹੋ। ਜੇ ਤੁਹਾਡੇ ਕੋਈ ਸਾਈਕੋਲੋਜੀ ਇਹੋ ਜਿਹੀ ਹੈਗੀ ਹੈ ਵੀ ਤੁਸੀਂ ਨੇਚਰ ਦੇ ਟੈਂਪਟਿੰਗ ਹੈਗੇ ਹੋ, ਹਾਂ ਟੈਂਪਟਿੰਗ ਹੈਗੇ ਹੋ, ਤਾਂ ਆਈ ਥਿੰਕ ਵਨ ਸ਼ੁੱਡ ਟਰਾਈ ਟੂ ਕੰਟਰੋਲ, ਕਿਉਂਕਿ ਜੇ ਤੁਸੀਂ ਆਪਣੇ ਆਪ ਹੀ ਡਾਇਟ ਕੰਟਰੋਲ ਕਰ ਲੈਂਦੇ ਹੋ ਤਾਂ ਨਥਿੰਗ ਲਾਈਕ ਦੈਟ। ਪਰ ਜਿਵੇਂ ਕਿ ਤੁਹਾਨੂੰ ਪਤਾ ਮੋਸਟ ਆਫ ਲੋਕ ਕੰਟਰੋਲ ਕਰ ਲੈਂਦੇ ਆ, ਨਹੀਂ ਵੀ ਨਹੀਂ ਕਰਦੇ, ਕਰ ਲੈਂਦੇ ਆ, ਪਰ ਕਈ ਵਾਰ ਜੈਨੈਟਿਕ ਰੀਜ਼ਨ ਇਹੋ ਜਿਹੇ ਹੁੰਦੇ ਵੀ ਫਿਰ ਵੀ ਉਹਨਾਂ ਦਾ ਜਿਹੜਾ ਵੇਟ ਆ ਵੱਧਦਾ ਰਹਿੰਦਾ ਜੀ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਅਤੇ ਇਹ ਜਿਹੜੀ ਇਨਫੋਰਮੇਸ਼ਨ ਸੀ ਨੋ ਡਾਊਟ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ, ਬਟ ਸਮਟਾਈਮਸ ਐਂ ਹੁੰਦਾ ਕਿ ਅਸੀਂ ਇਗਨੋਰ ਕਰ ਦਿੰਦੇ ਹਾਂ, ਇਸ ਕਰਕੇ ਇਹ ਬਹੁਤ ਮੇਜਰ ਇਫੈਕਟ ਰਿਹਾ ਇਸ ਗੱਲਬਾਤ ਦਾ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸੀ ਜੀ ਡਾਕਟਰ ਗੁਰਵਿੰਦਰ ਸਿੰਘ ਜੰਮੂ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਖਾਸ ਤੌਰ 'ਤੇ ਜਿਹੜੀ ਸਾਡੀ ਮੋਟਾਪੇ ਦੀ ਪ੍ਰੋਬਲਮ ਆ ਉਹਦੇ ਬਾਰੇ। ਫਿਲਹਾਲ ਵਕਤ ਇਜਾਜ਼ਤ ਨਹੀਂ ਦੇ ਰਿਹਾ, ਪਰ ਇਹ ਕੋਸ਼ਿਸ਼ ਜ਼ਰੂਰ ਰਹੇਗੀ ਕਿ ਜਲਦੀ ਅਸੀਂ ਡਾਕਟਰ ਸਾਹਿਬ ਦੇ ਨਾਲ ਦੁਬਾਰਾ ਮੁਲਾਕਾਤ ਕਰੀਏ। ਸ਼ੁਕਰੀਆ।